ਆਪਾਂ ਛੱਡਣੀ ਨੀ ਆਪਾਂ ਇੰਜ ਨੀ ਕਰਨਾ ਵੀ ਜੇ ਵੱਧ ਗਈ ਤਾਂ ਜਿੰਨੀ ਹੋਊਗੀ ਉਨੀ ਲਿਖਣੀ ਹੈ ਫੇਰ ਹੀ ਸਹੀ ਸਰਵੇ ਹੈ ਆਪਾਂ ਕਿਹੜਾ ਕੋਈ ਇੱਥੇ ਉਹ ਕਰ ਰਹੇ ਹਾਂ ਕਿ ਨਹੀਂ ਚਿੱਟਾ ਮੱਛਰ ਚਿੱਟਾ ਮੱਛਰ ਦੋ ਇੱਕ ਉੱਡ ਗਿਆ ਇੱਕ ਤੀਜੇ ਪੱਤ ਦੇ ਤੀਜੇ ਇੱਕ ਹਰਾ ਤੇਲਾ ਨਹੀਂ ਹਰਾ ਤੇਲਾ ਨੀ ਹੈਗਾ ਜਿਹੜਾ ਆਪਾਂ ਦੇਖਿਆ ਸੀ ਉਹ ਕੀੜਾ ਉਹਦਾ ਅੰਡਾ ਹੈ ਆਹ ਦੇਖਿਓ ਬਸ ਨਿਕਲਣ ਵਾਲਾ ਇੱਕ ਦੋ ਦਿਨਾਂ ਤੱਕ ਨਿਕਲੇ ਉਹ ਬਹੁਤ ਛੋਟਾ ਹੁੰਦਾ ਜਦੋਂ ਵਿੱਚੋਂ ਨਿਕਲਦਾ ਜੀ ਇਹ ਕਰਾਈ ਸੋਪੇ ਦਾ ਅੰਡਾ ਜਿਹੜਾ ਆਪਾਂ ਗੱਲ ਕਰਦੇ ਦੇਖ ਲਿਆ ਸਾਰੇ ਨੇ ਦੂਜੇ ਬੰਜੇ ਨੂੰ ਵੀ ਦਿਖਾ ਦੇਖ ਲਓ ਕਿਉਂਕਿ ਇੱਥੇ ਆਉਣ ਦਾ ਫਾਇਦਾ ਫੇਰ ਹੀ ਕਿਹੜਾ ਕਿਹੜਾ ਅੰਡਾ ਕਿਹੜਾ ਆਹ ਵਾਲਾ ਜੀ ਅੱਛਾ ਉਹ ਬਾਲ ਜਾ ਬਾਲ ਜਾ ਠੀਕ ਹਾਂ ਇਹ ਆਪਣੇ ਮਿੱਤਰ ਕੀਟ ਦਾ ਅੰਡਾ ਹੈ ਕਰਾਈ ਸੋਪੇ ਦਾ ਬਾਕੀ ਚੀਜ਼ਾਂ ਲਿਖਿਆ ਤੀ ਅਸੀਂ ਤੂੰ ਕਿਲਕ ਆਉਣੀ ਹੈ ਜੂਨ ਤਾਂ ਇੱਕੋ ਹੀ ਆ ਬੱਟੀ ਬਸ ਹੋਰ ਕੋਈ ਦਿਖੀ ਨੀ ਦੋ ਇੱਕ ਕਲੋਲਾ ਘਿਓ ਨਹੀਂ ਕਿਹਦੀ ਬਣਦਾ ਛੋਟੀ ਸਟੇਜ ਚ ਜਿਹੜਾ ਆਪਾਂ ਉੱਥੇ ਵੱਡਾ ਦੇਖਿਆ ਸੀ ਆਹ ਅੰਡੇ ਚੋਂ ਨਿਕਲਿਆ ਅੰਡੇ ਦਾ ਅੰਡੇ ਚੋਂ ਆਹ ਚੀਜ਼ ਨਿਕਲਦੀ ਹੈ ਇਹਦੀ ਖੁਰਾਕ ਅੱਗੇ ਜੂੰ ਮਿਲ ਜੇ ਹਰਾ ਤੇਲਾ ਕੁਛ ਵੀ ਮਿਲ ਜੇ ਚਿੱਟਾ ਮੱਛਰ 350 ਖਾ ਜਾਂਦਾ ਆਪਦੇ ਲਾਈਫ ਸਰਕਲ ਚ ਨਹੀਂ ਅੰਬਰ ਤਾਂ ਜਿਹੜੀ ਆਹ ਚੀਜ਼ ਆ ਕਾਲੀ ਜੀ ਇਹ ਤਾਂ ਰਸ ਕੱਢਦਾ ਨਾ ਬੂਟਾ ਹਾਂ ਜਿਹੜਾ ਐਕਸਟਰਾ ਰਸ ਹੁੰਦਾ ਬੂਟਾ ਇੱਕ ਦਿਨ ਚ 4.5 ਗ੍ਰਾਮ ਖੁਰਾਕ ਬਣਾਉਂਦਾ ਡੇਢ ਗ੍ਰਾਮ ਜੜ ਲਈ ਡੇਢ ਗ੍ਰਾਮ ਆਪਣੇ ਆਪ ਲਈ ਵੀ ਆਪਣੇ ਆਪ ਨੂੰ ਸੰਭਾਲਣ ਲਈ ਜਿਵੇਂ ਅੱਜ ਮੌਸਮ ਖਰਾਬ ਹੈ ਹੁਣ ਸੂਰਜ ਨਿਕਲਦਾ ਨੀ ਇਹਨੂੰ ਤਾਂ ਖੁਰਾਕ ਚਾਹੀਦੀ ਹੈ ਇਹਦੇ ਕੋਲ ਐਕਸਟਰਾ ਖੁਰਾਕ ਹੈ ਜਦੋਂ ਇਹ ਖੁਰਾਕ ਬਣਾਈ ਜਾਂਦਾ ਫਿਰ ਉਹ ਮਤਲਬ ਕਿ ਜਿਵੇਂ ਕੀੜੀਆਂ ਨੀ ਆਉਂਦੀਆਂ ਉਦੋਂ ਇਹ ਆਪਦੀ ਖੁਰਾਕ ਬਾਹਰ ਕੱਢ ਹੁਣ ਜਦੋਂ ਇਹਦੇ ਕੋਲ ਐਨਰਜੀ ਇੰਨੀ ਹੁੰਦੀ ਇਹਨੂੰ ਜ਼ਰੂਰਤ ਨਹੀਂ ਫਿਰ ਉਹ ਬਾਹਰ ਕੱਢਦਾ ਇੱਥੋਂ ਰਸ ਨਿਕਲਦਾ ਉਹ ਫਿਰ ਕੀੜੀਆਂ ਨੀ ਆਉਂਦੀਆਂ ਅਤੇ ਉਹ ਕੀੜੀਆਂ ਵਗੈਰਾ ਰਸ ਚੂਸਦੀਆਂ ਨੇ ਮਧੂ ਮੱਖੀ ਸ਼ਹਿਦ ਨਹੀਂ ਬਣਾਉਂਦੀ ਉਹ ਵੀ ਇੱਥੋਂ ਲੈ ਕੇ ਜਾਂਦੀ ਹੈ
ਹੁੰਦਾ ਨਾ ਮੱਖੀ ਦਾ ਸ਼ਹਿਦ, ਤੁਸੀਂ ਨਰਮ ਕਿਤੇ ਪੁੱਛ ਕੇ ਦੇਖਿਓ ਮਧੀ ਮੱਖੀ ਵਾਲਿਆਂ ਨੂੰ, ਉਹ ਕਹਿੰਦੇ ਨਰਮੇ ਚੋਂ ਬਹੁਤ ਜ਼ਿਆਦਾ ਸ਼ਹਿਦ ਨਿਕਲਦਾ, ਉਹ ਆਹ ਚੀਜ਼ ਤੋਂ ਹੀ ਚੱਕਦੀ ਹੈ ਸ਼ਹਿਦ, ਹੋਰ ਤਾਂ ਇਹਦੇ ਆਪਾਂ ਨੂੰ ਦਿਖਦੀ ਹੈ ਕਿ ਤੂੰ ਰਸ ਮਿਲ ਹੀ ਨਹੀਂ ਰਿਹਾ, ਉਹ ਤਾਂ ਪੋਲੀਨੇਸ਼ਨ ਵਾਲਾ ਹੋ ਗਿਆ, ਇੱਥੋਂ ਵੀ ਲੈ ਕੇ ਜਾਂਦੀਆਂ ਨੇ ਤੁਸੀਂ ਦੇਖ ਲਿਓ ਮੱਖੀਆਂ, ਇੱਥੋਂ ਕੀੜੀਆਂ ਵੀ ਆਉਂਦੀਆਂ, ਕੀੜੀਆਂ ਵਗੈਰਾ ਸਾਰਾ ਕੁਛ ਇੱਥੇ, ਡੱਬੇ ਨੇੜੇ ਤਾਂ ਹੋ ਗਿਆ ਕਲੀਅਰ ਆਪਣਾ, ਹਾਂ ਅਗਲੇ ਤੇ ਚੱਲੋ।